ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਜੀਤ ਸਿੰਘ ਪੰਮਾ ਨੰਬਰਦਾਰਾਂ ਦੇ ਲਾਣੇ ਚੋਂ ਚੋਣ ਲੜਨ ਲਈ ਉਮੀਦਵਾਰ ਹਾਂ, ਸਰਪੰਚੀ ਦੀ ਚੋਣ ਲੜਨ ਲਈ ਉਮੀਦਵਾਰ ਹਾਂ। ਜੋ ਕਿ ਆਪਾਂ ਨੇ ਚੋਣ ਲੜਨੀ ਹੈ, ਨਸ਼ਾ ਮੁਕਤ ਲੜਨੀ ਹੈ, ਸਾਰੀ ਸਾਰੀ ਚੋਣ ਆਪਣੀ ਸਿਰਫ ਵਿਕਾਸ ਦੇ ਮੁੱਦੇ ਤੇ ਹੋਊਗੀ। ਜੋ ਵੀ ਵਿਕਾਸ ਕਰਿਆ, ਅਸੀਂ ਵਿਕਾਸ ਕਰਿਆ ਵਾ ਦਿਖਾ ਰਹੇ ਹਾਂ ਪਿਛਲਾ, ਅੱਗੇ ਵੀ ਵਿਕਾਸ ਕਰਾਂਗੇ, ਕਰਦੇ ਰਹਾਂਗੇ। ਜੋ ਵੀ ਲੋਕ ਭਲਾਈ ਦੇ ਕੰਮ ਨੇ, ਅਸੀਂ ਨੇ ਸਾਰੇ ਕਰੇ ਨੇ। ਦੋ ਵਾਰੀ ਸੁਸਾਇਟੀ ਵਿੱਚ ਮੈਂਬਰ ਰਿਹਾ 10 ਸਾਲਾਂ ਵਿੱਚ, ਤੇ 10 ਸਾਲ ਪਹਿਲਾਂ ਵੀ ਜੋ ਸੁਸਾਇਟੀ ਦਾ ਹਾਲ ਸੀ ਉਹ ਵੀ ਦੇਖ ਸਕਦੇ ਹੋ, ਅੱਜ ਵੀ ਜੋ ਬੁਲੰਦੀਆਂ ਤੇ ਸੁਸਾਇਟੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ। ਪਟਿਆਲੇ ਜ਼ਿਲ੍ਹੇ ਤੋਂ ਪਹਿਲੇ ਨੰਬਰ 'ਤੇ ਸੁਸਾਇਟੀ ਆਈ ਆਪਣੀ, ਸਭ ਤੋਂ ਵੱਧ ਸਮਾਨ ਆਪਣੀ ਸੁਸਾਇਟੀ ਦਾ, ਸਾਡੇ ਜਿੰਨੇ ਵੀ ਮੈਂਬਰ ਤੇ ਸੁਸਾਇਟੀ ਮੈਂਬਰ ਤੇ ਸਾਰਿਆਂ ਨੇ ਸਹਿਯੋਗ ਨਾਲ ਅਸੀਂ ਬਹੁਤ ਵਧੀਆ ਕੰਮ ਕਰਿਆ, ਤੁਸੀਂ ਸਾਰੇ ਦੇਖ ਸਕਦੇ ਹੋ। ਅਸੀਂ ਉਸੇ ਦੇ ਵਿਕਾਸ ਦੇ ਮੁੱਦੇ ਤੇ ਚੋਣ ਮੰਗ ਰਹੇ, ਵੋਟ ਮੰਗ ਰਹੇ ਹਾਂ ਚੋਣ ਵਾਸਤੇ। ਸਾਰੇ ਪਿੰਡ ਦਾ ਸਾਨੂੰ ਸਹਿਯੋਗ ਮਿਲ ਰਿਹਾ, ਉਹ ਵੀ ਵਿਕਾਸ ਦੇ ਮੁੱਦੇ ਨੂੰ ਦੇਖ ਕੇ ਲੋਕ ਸਾਨੂੰ ਕਹਿ ਰਹੇ ਨੇ ਵੀ ਚੋਣ ਇਹੋ ਜਿਹੀ ਹੋਣੀ ਚਾਹੀਦੀ ਆ, ਵੀ ਇਹੋ ਜਿਹੇ ਬੰਦੇ ਮਿਲਣੇ ਚਾਹੀਦੇ ਸਾਨੂੰ। ਨਸ਼ਾ ਮੁਕਤ ਚੋਣ ਆ, ਅਸੀਂ ਕਿਸੇ ਨੂੰ ਕੋਈ ਨਸ਼ਾ ਨਹੀਂ ਵੰਡਣਾ, ਕੋਈ ਦਾਰੂ ਕੁਛ ਵੀ ਨਹੀਂ ਵੰਡਾਂਗੇ ਅਸੀਂ। ਇਹ ਸਾਰਾ ਦੂਜੇ ਨੂੰ ਮੇਰੇ ਪਿੰਡ ਨੂੰ ਸੁੰਦਰ ਰੱਖਾਂਗੇ। ਸਕੂਲ ਅਤੇ ਡਿਸਪੈਂਸਰੀ, ਜੋ ਵੀ ਲੋਕ ਭਲਾਈ ਦੇ ਕੰਮ ਨੇ, ਅਸੀਂ ਉਹਨੂੰ ਪਹਿਲੇ ਨੰਬਰ ਤੇ ਮੁੱਖ ਏਜੰਡਾ ਰੱਖਾਂਗੇ। ਜੋ ਸਾਡਾ ਗਲੀਆਂ ਨਾਲੀਆਂ ਦੇ ਕੰਮ ਨੇ ਅਸੀਂ ਪਹਿਲੇ ਨੰਬਰ ਤੇ ਰੱਖਾਂਗੇ। ਮੈਂ ਹੱਥ ਜੋੜ ਕੇ ਅਪੀਲ ਕਰਦਾ ਨਗਰ ਵਾਸੀਆਂ ਨੂੰ, ਮੜੌੜ ਵਾਸੀ ਵੀਰਾਂ ਨੂੰ, ਇੱਕ ਇੱਕ ਵੋਟ ਬੈਲਟ ਬੱਲੇ ਤੇ ਸਾਡੇ ਜਿੰਨੇ ਮੈਂਬਰ ਖੜੇ ਨੇ ਸਾਰਿਆਂ ਨੂੰ ਸਹਿਯੋਗ ਦੇਵੋ। ਇੱਕ ਇੱਕ ਵੋਟ ਸਾਨੂੰ ਕੀਮਤੀ ਆ ਸਾਡੇ ਲਈ। ਵੀਰਾਂ ਨੂੰ ਮੈਂ ਹੱਥ ਜੋੜ ਕੇ, ਮਾਵਾਂ ਭੈਣਾਂ ਨੂੰ, ਸਾਰੇ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਇੱਕ ਇੱਕ ਵੋਟ ਦੇਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।